ਇਸ ਕਰਿਉਤੀ ਵੀ ਪਹਿਲੇ ਜੋ ਸੀ ਇਤਿਹਾਸ ਦੱਸਦਾ ਹੈ ਕਿ ਉਹ ਵੀ ਬ੍ਰਹਮਾ ਦੇ ਨਾਲ ਮਿਲਿਆ ਹੋਇਆ ਸੀ ਜਾਂ ਉਹਨਾਂ ਦਾ ਇੱਕ ਸਾਥੀ ਸੀ, ਪਰ ਉਸ ਤੋਂ ਬਾਅਦ ਬ੍ਰਹਮਾ ਦੇ ਫੜੇ ਜਾਣ ਤੋਂ ਪਹਿਲਾਂ ਬਾਅਦ ਫਿਰ ਉਸਨੇ ਸੋਚਿਆ ਕਿ ਪ੍ਰਭੂ ਯਿਸੂ ਮਸੀਹ ਦਾ ਕੰਮ ਬੜਾ ਵਧੀਆ ਚੱਲਣ ਡਿਆ, ਅੱਛਾ ਕੰਮ ਚੱਲਣ ਡਿਆ, ਕਿਉਂਕਿ ਉਹ ਸਰੀਰ ਦੇ ਹਿਸਾਬ ਨਾਲ ਪਰਮੇਸ਼ਵਰ ਦੇ ਰਾਜ ਨੂੰ ਲੈਂਦਾ ਸੀ, ਸਵਰਗ ਦੇ ਰਾਜ ਨਾਲ ਲੈਂਦਾ ਸੀ, ਤੇ ਉਸ ਕੀ ਹੋਇਆ ਯਿਸੂ ਮਸੀਹ ਦੇ ਨਾਲ ਆਣ ਕੇ ਰਲ ਗਿਆ। ਪਰ ਇੱਥੇ ਕੀ ਹੋਇਆ, ਬਚਨ ਦੇ ਵਿੱਚ ਲਿਖਿਆ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਕੀ ਕੀਤਾ, ਬਰੱਬਾ ਦੀ ਥਾਂ ਉੱਥੇ ਲੈ ਲਈ। ਅਸਲ ਦੇ ਵਿੱਚ ਜੇ ਜਾਣੀਏ ਤੇ ਮੌਤ ਦਾ ਹੱਕਦਾਰ ਬਰੱਬਾ ਸੀ, ਪ੍ਰਭੂ ਯਿਸੂ ਮਸੀਹ ਨਹੀਂ ਸੀ, ਪਰ ਪ੍ਰਭੂ ਯਿਸੂ ਮਸੀਹ ਨੇ ਬਰੱਬਾ ਦੀ ਥਾਂ ਲੈ ਲਈ। ਮੈਂ ਕਹਿੰਦਾ ਬਰੱਬਾ ਮੈਨੂੰ ਤੇ ਤੁਹਾਨੂੰ ਦੱਸਦਾ। ਅਸੀਂ ਇਸ ਨੂੰ ਦੇਖਾਂਗੇ ਰੋਮੀਆਂ ਦੀ ਪੱਤਰੀ ਉਸਦਾ 5 ਅਧਿਆਏ ਉਹਦੀ 6 ਤੇ 7 ਆਇਤ ਦੇ ਵਿੱਚੋਂ ਅਸੀਂ ਪਰਮੇਸ਼ਰ ਦੇ ਵਚਨ ਦੇ ਲਿਖਿਆ, ਜਦ ਅਸੀਂ ਪਾਪੀ ਹੀ ਸਾਂ ਤਾਂ ਸਹੀ ਸਮੇਂ ਦੇ ਉੱਤੇ ਮਸੀਹ ਧਰਮੀਆਂ ਦੇ ਲਈ ਜਾਂ ਪਾਪੀਆਂ ਦੇ ਲਈ ਕੀ ਆ, ਮੋਇਆ ਜਾਂ ਮਰ ਗਿਆ। ਹਾਂਜੀ, ਇਸ ਕਰਕੇ ਜਿਹੜਾ ਪ੍ਰਭੂ ਯਿਸੂ ਮਸੀਹ ਸੀ, ਜਦੋਂ ਅਸੀਂ ਪਾਪੀ ਹੀ ਸੀ ਉਦੋਂ ਤੇ ਅਸੀਂ ਬੜੇ ਧਰਮੀ ਨਹੀਂ ਸੀ, ਨਹੀਂ ਆ ਵਿਕਟਰ ਬਹੁਤ ਚੰਗਾ ਬੰਦਾ ਆ ਤੇ ਇਹਨੂੰ ਮੈਂ ਮਰਨ ਨਹੀਂ ਦੇਣਾ, ਮੈਂ ਕੀ ਕਰਨਾ ਇਹਦੇ ਬੰਦੇ, ਨਹੀਂ ਉਦੋਂ ਸਾਡੇ ਵਿੱਚੋਂ ਕੋਈ ਵੀ ਧਰਮੀ ਨਹੀਂ ਸੀ। ਲਿਖਿਆ ਪ੍ਰਭੂ ਯਿਸੂ ਮਸੀਹ, ਜਦੋਂ ਅਸੀਂ ਪਾਪੀ ਹੀ ਸਾਂ ਤੇ ਪ੍ਰਭੂ ਯਿਸੂ ਮਸੀਹ ਨੇ ਸਾਡੇ ਲਈ ਕੀ ਕੀਤਾ, ਸਾਡੇ ਕੁਧਰਮੀਆਂ ਦੇ ਲਈ, ਉਹ ਜਿਹੜੇ ਪਾਪੀਆਂ ਦੇ ਲਈ ਕੀ ਕੀਤੀ, ਆਪਣੀ ਜਾਨ ਸਲੀਬ ਉੱਤੇ ਦੇ ਦਿੱਤੀ। ਬਰੱਬਾ ਨੂੰ ਮੌਤ ਜਾਂ ਮੈਨੂੰ ਤੇ ਤੁਹਾਨੂੰ ਮੌਤ ਮਿਲਣੀ ਚਾਹੀਦੀ ਸੀ, ਪਰ ਪ੍ਰਭੂ ਯਿਸੂ ਮਸੀਹ ਨੇ ਕੀ ਕੀਤਾ, ਉਸ ਮੌਤ ਨੂੰ ਕੀ ਕੀਤਾ, ਲੈ ਲਿਆ। ਕਿਉਂਕਿ ਵਚਨ ਦੇ ਵਿੱਚ ਵੀ ਲਿਖਿਆ ਕਿ ਸਲੀਬ ਦੀ ਤਾਪ ਦੀ ਮਜ਼ਦੂਰੀ ਕੀ ਹੈ, ਮੌਤ ਹੈ। ਪਾਪਾਂ ਦੀ ਸਜ਼ਾ ਜਿਹੜੀ ਸੀ ਜਾਂ ਮੌਤ ਜਿਹੜੀ ਸੀ ਸਾਨੂੰ ਮਿਲਣੀ ਚਾਹੀਦੀ ਸੀ, ਪਰ ਪ੍ਰਭੂ ਯਿਸੂ ਮਸੀਹ ਨੇ ਕੀ ਕੀਤਾ, ਉਸ ਸਲੀਬ ਨੂੰ ਲੈ ਲਿਆ। ਬਰੱਬਾ ਦੀ ਥਾਂ ਪ੍ਰਭੂ ਯਿਸੂ ਮਸੀਹ ਨੇ ਲਈ। ਮੈਂ ਕਹਿੰਦਾ ਸਾਨੂੰ ਅਸੀਂ ਬਰੱਬਾ ਦੀ ਤਰ੍ਹਾਂ ਸਾਂ ਜਾਂ ਜਿਨ੍ਹਾਂ ਨੂੰ ਮੌਤ ਮਿਲਣੀ ਚਾਹੀਦੀ ਸੀ, ਪਰ ਪ੍ਰਭੂ ਯਿਸੂ ਮਸੀਹ ਨੇ ਉਸਦੀ ਜਗ੍ਹਾ ਦਿੱਤੀ। ਜਿਸਨੇ ਲਿਖਿਆ ਕੋਈ ਵੀ ਪਾਪ ਨਹੀਂ ਸੀ ਕੀਤਾ, ਪਾਪ ਕਰਨ ਦੀ ਦੂਰ ਗੱਲ, ਲਿਖਿਆ ਉਹ ਪਾਪ ਨੂੰ ਜਾਣਦਾ ਵੀ ਨਹੀਂ ਸੀ ਜਾਂ ਪਾਪ ਤੋਂ ਜਾਣੂ ਵੀ ਨਹੀਂ ਸੀ, ਤੇ ਉਸਨੂੰ ਕੀ ਕੀਤਾ, ਸਾਡੀ ਜਗ੍ਹਾ ਤੇ ਸਲੀਬ ਉੱਤੇ ਚੜਾ ਦਿੱਤਾ। ਤੀਸਰੀ ਗੱਲ ਲਿਖਿਆ ਜਦੋਂ ਔਰ ਕੀ ਹੋਇਆ, ਪ੍ਰਭੂ ਯਿਸੂ ਮਸੀਹ ਉਸ ਤੋਂ ਬਾਅਦ 40 ਜਿਹੜੇ ਸੀ ਉਹ 40 ਜਿਹੜੇ ਸੀ ਉਹ ਕੋੜੇ ਲਗਾਏ ਗਏ। ਕੋੜੇ ਲਗਾਉਣ ਦਾ ਕੀ ਮਕਸਦ ਸੀ, ਉਸਨੂੰ ਵੀ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਲਿਖਿਆ, ਯਸ਼ਾਇਆ ਨਬੀ ਨੇ ਪਹਿਲਾਂ ਇਸ ਗੱਲ ਦੀ ਭਵਿੱਖਬਾਣੀ ਕੀਤੀ ਸੀ, ਪ੍ਰਭੂ ਯਿਸੂ ਮਸੀਹ ਦੇ ਆਉਣ ਤੋਂ 700 ਸਾਲ ਪਹਿਲਾਂ। ਯਸ਼ਾਇਆ 53 ਦੇ ਆਏ ਉਹਦੀ 5 ਐਤ ਦੇ ਵਿੱਚ ਪ੍ਰਭੂ ਯਿਸੂ ਮਸੀਹ ਉੱਥੇ ਸਾਰੀ ਪਹਿਲਾਂ ਭਵਿੱਖਬਾਣੀ ਕੀਤੀ ਗਈ ਸੀ ਕਿ ਕਿਸ ਤਰ੍ਹਾਂ ਜੋ ਪ੍ਰਭੂ ਯਿਸੂ ਮਸੀਹ ਸਾਡੇ ਦੁੱਖਾਂ ਨੂੰ, ਸਾਡੇ ਪਾਪਾਂ ਦੇ ਕਰਕੇ ਸਾਡੇ ਸਾਰੇ ਕਿਸ ਤਰ੍ਹਾਂ ਸਾਡੇ ਦੁੱਖਾਂ ਨੂੰ ਉਠਾਵੇਗਾ, ਤੇ ਨਾਲੇ ਉੱਥੇ ਲਿਖਿਆ ਅੰਤ ਦੇ ਵਿੱਚ ਇਹ ਲਿਖਿਆ ਸੀ ਕਿ ਉਸਦੇ ਕੋੜੇ ਖਾਣ ਦੁਆਰਾ ਕੀ ਹੋਵੇ, ਅਸੀਂ ਨਰੋਏ ਹੋਏ। ਉਸ ਭਵਿੱਖਬਾਣੀ ਦੇ ਅਨੁਸਾਰ ਪ੍ਰਭੂ ਯਿਸੂ ਮਸੀਹ ਨੂੰ ਲਿਖ 1:40 ਕੋੜੇ ਲਗਾਏ ਗਏ। ਤੇ ਫਿਰ ਪਹਿਲਾ ਪਤਰਸ ਉਹਦਾ 2 ਅਧਿਆਇ ਤੇ ਉਹਦੀ 24 ਐਤ ਦੇ ਵਿੱਚ ਪਤਰਸ ਇਸ ਤਰ੍ਹਾਂ ਕਹਿੰਦਾ ਕਿ ਉਸਨੇ ਆਪਣੇ ਸਰੀਰ ਦੇ ਵਿੱਚ ਸਾਡੇ ਪਾਪਾਂ ਨੂੰ ਲੈ ਲਿਆ ਤਾਂ ਜੋ ਅਸੀਂ ਪਾਪਾਂ ਤੋਂ ਮਰ ਕੇ ਧਰਮ ਦੇ ਲਈ ਜੀਵਨ ਬਤੀਤ ਕਰੀਏ, ਕਿਉਂਕਿ ਉਸਦੇ ਖੋੜੇ ਖਾਣ ਤੋਂ ਅਸੀਂ ਕੀ ਕੀਤੇ ਗਏ ਹਾਂ, ਨਰੋਏ ਕੀਤੇ ਗਏ ਹਾਂ। ਪ੍ਰਭੂ ਯਿਸੂ ਮਸੀਹ ਦੇ ਸਰੀਰ ਦੇ ਵਿੱਚ ਜਿੰਨੇ ਜਿਹਨਾਂ ਦੁੱਖ ਨੂੰ ਝੱਲਿਆ, ਜਿੰਨੇ ਉਹਨੇ ਮਾਰ ਨੂੰ ਝੱਲਿਆ, ਜੋ ਵੀ ਦੁੱਖ ਨੂੰ ਝੱਲਿਆ, ਉਹ ਕਿਹਦੇ ਕਰਕੇ ਸੀ, ਉਹ ਸਾਡੀ ਤੰਦਰੁਸਤੀ ਦੇ
ਕਰਕੇ ਸੀ। ਪ੍ਰਭੂ ਯਿਸੂ ਮਸੀਹ ਚਾਹੁੰਦਾ ਸੀ ਕਿ ਮੈਂ ਤੇ ਤੁਸੀਂ ਤੰਦਰੁਸਤ ਰਹੀਏ, ਅਸੀਂ ਕੀ ਕਰੀਏ, ਇਸ ਕਰਕੇ ਪ੍ਰਭੂ ਯਿਸੂ ਮਸੀਹ ਨੂੰ ਕੋੜੇ ਕੀ ਸੀ ਲੈਣੇ ਪਏ, ਇਸ ਕਰਕੇ ਉਸਦੇ ਕੋੜੇ ਲਗਾਏ ਗਏ ਜਾਂ ਕੋੜੇ ਮਾਰੇ ਗਏ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਾਡੀਆਂ ਬਿਮਾਰੀਆਂ ਦੇ ਕਰਕੇ ਜੋ ਦੁੱਖ ਸਰੀਰ ਦੇ ਵਿੱਚ ਸਾਨੂੰ ਸਹਿਣਾ ਚਾਹੀਦਾ ਸੀ ਉਹ ਪ੍ਰਭੂ ਯਿਸੂ ਮਸੀਹ ਨੇ ਸਹਿ ਲਿਆ। ਇਸ ਕਰਕੇ ਅੱਜ ਜਦੋਂ ਅਸੀਂ ਬਿਮਾਰ ਹੁੰਦੇ ਹਾਂ ਤਾਂ ਸਾਨੂੰ ਇਹ ਡਾਂਟਣਾ, ਬਿਮਾਰੀ ਤੂੰ ਗੈਰ ਕਾਨੂੰਨੀ ਹੈ, ਤੂੰ ਮੇਰੇ ਸਰੀਰ ਦੇ ਵਿੱਚ ਨਹੀਂ ਰਹਿ ਸਕਦੀ। ਕਿਉਂ ਨਹੀਂ ਰਹਿ ਸਕਦੀ? ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਤੇ ਮੇਰੇ ਲਈ ਅੱਗੇ ਪਹਿਲੇ ਕੋੜੇ ਖਾ ਕੇ ਤੇ ਮੈਨੂੰ ਕੀ ਕਰ ਦਿੱਤਾ, ਚੰਗਾ ਕਰ ਦਿੱਤਾ, ਮੈਨੂੰ ਨਰੋਇਆ ਕਰ ਦਿੱਤਾ ਤੇ ਆਪਣੇ ਅਸੀਂ ਫਿਰ ਉਸ ਨਰੋਏਪਨ ਦੇ ਵਿੱਚ ਚੱਲਾਂਗੇ। ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਕੀ ਕੀਤਾ ਹੈ, ਉਸਦੇ ਸਾਰੇ ਜਿਹੜੇ ਪਾਪਾਂ ਦਾ ਅਸਰ ਲਿਖਿਆ, ਪਾਪਾਂ ਨੂੰ, ਪਾਪਾਂ ਦਾ ਨਤੀਜਾ ਜਿਹੜਾ ਸੀ ਬਿਮਾਰੀਆਂ ਸੀ, ਉਸ ਨਤੀਜੇ ਨੂੰ ਵੀ ਕੀ ਕੀਤਾ ਪ੍ਰਭੂ ਯਿਸੂ ਮਸੀਹ ਨੇ ਜਾਂ ਉਸ ਹਾਂ ਆਪਣੇ ਸਰੀਰ ਦੇ ਵਿੱਚ ਕੀ ਕੀਤਾ, ਭੁਗਤਿਆ। ਔਰ ਕੀ ਹੋਇਆ, ਅੱਜ ਅਸੀਂ ਵਿਸ਼ਵਾਸ ਦੇ ਨਾਲ ਉਸ ਚੰਗਿਆਈ ਨੂੰ ਲੈਣਾ। ਯਾਦ ਰੱਖੀਏ, ਪ੍ਰਭੂ ਦੀ ਇਹ ਮਰਜ਼ੀ ਨਹੀਂ ਹੈ ਕਿ ਅਸੀਂ ਬਿਮਾਰ ਰਹੀਏ ਜਾਂ ਬਿਮਾਰ ਹੋਈਏ ਈਵਨ, ਕਿਉਂਕਿ ਪ੍ਰਭੂ ਯਿਸੂ ਮਸੀਹ, ਜੇ ਅਸੀਂ ਸਮਝਦੇ ਹਾਂ ਕਿ ਬਿਮਾਰ ਪਰਮੇਸ਼ਰ ਬਿਮਾਰੀਆਂ ਲਾਉਂਦਾ ਤੇ ਫਿਰ ਯਿਸੂ ਮਸੀਹ ਨੇ ਆ ਕੇ ਬਿਮਾਰੀਆਂ ਨੂੰ ਚੰਗਾ ਨਹੀਂ ਸੀ ਕਰਨਾ। ਇਹਦਾ ਮਤਲਬ ਬਿਮਾਰੀਆਂ ਜਿਹੜਾ ਸ਼ੈਤਾਨ ਵੱਲੋਂ ਤੇ ਪਾਪ ਵੱਲੋਂ, ਪਾਪ ਦੇ ਕਰਕੇ ਹਨ, ਤੇ ਯਿਸੂ ਮਸੀਹ ਨੇ ਕੀ ਕੀਤਾ, ਉਹਨਾਂ ਪਾਪਾਂ ਨੂੰ ਆਪਣੇ ਸਰੀਰ ਵਿੱਚ ਲੈ ਲਿਆ ਤਾਂ ਕਿ ਅਸੀਂ ਪਾਪਾਂ ਵੱਲੋਂ ਮਰ ਕੇ ਤੇ ਧਰਮ ਲਈ ਜੀਵਨ ਬਤੀਤ ਕਰੀਏ। ਇਸ ਕਰਕੇ ਕਿਉਂਕਿ ਉਸਨੇ ਪਾਪਾਂ ਦਾ ਰਿਜ਼ਲਟ ਜਿਹੜਾ ਸੀ, ਜਿੱਦਾਂ ਬਿਮਾਰੀਆਂ ਨੂੰ ਆਪਣੇ ਸਰੀਰ 'ਚ ਲੈ ਲਿਆ, ਫਿਰ ਪ੍ਰਭੂ ਯਿਸੂ ਮਸੀਹ ਨੇ ਬਿਮਾਰਾਂ ਨੂੰ ਚੰਗਾ ਕੀਤਾ। ਸੋ ਇਸ ਕਰਕੇ ਪਰਮੇਸ਼ੁਰ ਪ੍ਰਭੂ ਯਿਸੂ ਮਸੀਹ ਦੀ ਇੱਛਾ ਹੈ ਕਿ ਹਰ ਇੱਕ ਮਸੀਹੀ ਜਾਂ ਕੋਈ ਮਸੀਹ ਨਹੀਂ ਵੀ ਹੈ, ਪ੍ਰਭੂ ਚਾਹੁੰਦਾ ਹੈ ਕਿ ਉਹ ਵੀ ਤੰਦਰੁਸਤ ਹੋਣ, ਮੁਕਤੀ ਦੇ ਕੰਮ ਨੂੰ ਜਾਣ ਲੈਣ ਕਿ ਮੈਂ ਉਹਨਾਂ ਲਈ ਕੀ ਕੀਤਾ ਹੈ। ਇੱਥੋਂ ਤੱਕ ਲਾ ਇਲਾਜ ਬਿਮਾਰੀਆਂ, ਕੈਂਸਰ, ਏਡਸ ਜੋ ਵੀ ਹਨ, ਪ੍ਰਭੂ ਯਿਸੂ ਮਸੀਹ ਦੇ ਕੋੜੇ ਕਰਨ ਕਰਕੇ ਉਹਨੇ ਕੀ ਕੀਤਾ, ਅਸੀਂ ਸਾਰੇ ਕੀ ਹੋਏ ਹਾਂ, ਅਸੀਂ ਨਰੋਏ ਹੋਏ ਹਾਂ ਤੇ ਵਿਸ਼ਵਾਸ ਦੇ ਨਾਲ ਅੱਜ ਕੀ ਕਰਨਾ ਹੈ, ਉਸ ਨੂੰ ਅਸੀਂ ਲੈਣਾ ਹੈ। ਇਸੇ ਕਰਕੇ ਮੈਂ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਹਾਂ। ਪਹਿਲਾ ਕੋਰਿੰਥੀਆਂ 11 ਦੇ ਆਇਓ ਦੀ 29 ਆਇਤ ਦੇ ਵਿੱਚ ਲਿਖਿਆ ਹੈ, ਪੜ੍ਹ ਲਈਏ। ਪਹਿਲਾ ਕੋਰਿੰਥੀਆਂ ਉਸਦਾ 11 ਦੇ ਆਏ ਉਸਦੀ 29 ਆਇਤ ਦੇ ਵਿੱਚ। ਬੜੀ ਵਾਰ ਮਿਸਅੰਡਰਸਟੈਂਡਿੰਗ ਹੁੰਦੀ ਹੈ ਪ੍ਰਭੂ ਭੋਜ ਦੇ ਬਾਰੇ ਦੇ ਵਿੱਚ। ਮੈਂ ਇੱਥੋਂ ਤੱਕ ਵੀ ਜਾਣਦਾ ਕਈ ਲੋਕਾਂ ਨੂੰ ਕਿ ਜਿਨ੍ਹਾਂ ਨੂੰ 10-10 ਸਾਲ ਹੋ ਗਏ ਸੀ ਮਸੀਹ ਬਣਿਆ ਨੂੰ, ਪਰ ਉਹਨਾਂ ਨੇ ਕਦੀ ਵੀ ਪ੍ਰਭੂ ਭੋਜ ਦੇ ਵਿੱਚ ਸ਼ਰਬਾਨੀ, ਇਸ ਨੂੰ ਕਹਿੰਦੇ ਹਨ, ਔਰ ਇਸ ਨੂੰ ਜਦੋਂ ਨਹੀਂ ਲਿਆ, ਇਸ ਡਰਦਾ ਯਾਰ ਅਸੀਂ ਤੇ ਬੜੇ ਪਾਪੀ ਹਾਂ, ਲੈ ਲਿਆ, ਸਾਡੇ ਕੋਲ ਗਲਤੀਆਂ ਹੁੰਦੀਆਂ ਨੇ, ਆਊਂ ਕਿਤੇ ਮਾਰੀ ਨਾ ਜਾਈਏ, ਕਿਤੇ ਬਿਮਾਰ ਨਾ ਹੋ ਜਾਈਏ, ਨਹੀਂ ਅਸੀਂ ਇਹੋ ਜਿਹੀ ਚੀਜ਼ ਨਹੀਂ ਲੈਣੀ, ਬੜੀ ਉਹਨਾਂ ਦੇ ਅੰਦਰ ਮਿਸਅੰਡਰਸਟੈਂਡਿੰਗ ਸੀ। ਔਰ ਪਰ ਮੈਂ ਵਚਨ ਦੇ ਵਿੱਚੋਂ ਜੇ ਅਸੀਂ ਪੜ੍ਹਨਾ ਹੈ 27 ਤੋਂ ਲੈ ਕੇ ਥੱਲੇ ਲਿਖਿਆ ਕਿ ਅਸੀਂ ਆਪਣੇ ਆਪ ਦੀ ਪਰਖ ਕਰਨੀ ਹੈ। ਹਾਂ ਅਸੀਂ ਪਰਖ ਕਰਨੀ ਹੈ, ਪਰ ਇੱਥੇ ਨਹੀਂ ਲਿਖਿਆ ਕਿ ਆਪਣੀ ਪਰਖ ਕਰੋ ਕਿ ਕਿੰਨੇ ਤੁਸੀਂ ਪਾਪ ਪਿਛਲੇ ਹਫ਼ਤੇ ਕੀਤੇ ਸੀ, ਆਪਣੀ ਪਰਖ ਕਰੋ ਆਹ ਮਹੀਨੇ 'ਚ ਤੁਸੀਂ ਕਿੰਨੇ ਪਾਪ ਕੀਤੇ, ਨਹੀਂ। ਇੱਥੇ ਇਹ ਪਰਖ ਕਰਨ ਦੇ ਬਾਰੇ ਲਿਖਿਆ ਕਿ ਅਸੀਂ ਕਿੰਨਾ ਪ੍ਰਭੂ ਦੇ ਨੇੜੇ ਹਾਂ, ਕਿੱਥੇ ਖਲੋਤੇ ਹਾਂ ਅੱਜ ਅਸੀਂ, ਕੀ ਸੱਚਮੁੱਚ ਪ੍ਰਭੂ ਨੇ ਸਾਨੂੰ ਇੰਨਾ ਪਿਆਰ ਦਿਖਾਇਆ ਕਿ ਸੱਚਮੁੱਚ ਅਸੀਂ ਉਹਦੇ ਕੋਲ ਹਾਂ ਜਾਂ ਉਹਦੇ ਵਾਲਿਆਂ, ਜਾਂ ਸਾਡਾ ਵੀ ਉਹਦੇ ਨਾਲ ਪਿਆਰ ਹੈ ਕਿ ਜਾਂ ਅਸੀਂ ਬੜੀ ਪਿਛਾਂ ਉਹਦੇ ਤੋਂ ਚੱਲ ਗਏ। ਮੈਂ ਇਹ ਪਰਖ ਨੂੰ ਸਮਝਣਾ। 29 ਦੇ ਵਿੱਚ ਜਦੋਂ ਲਿਖਿਆ ਹੈ ਕਿ ਜਿਹੜਾ ਖਾਂਦਾ ਜਾਂ ਪੀਂਦਾ ਹੈ ਗਲਤ ਤਰੀਕੇ ਨਾਲ, ਉਹ ਆਪਣੇ ਉੱਤੇ ਸਜ਼ਾ ਲਿਆਉਂਦਾ ਹੈ। ਕਿਸ ਤਰ੍ਹਾਂ? ਇੰਗਲਿਸ਼ ਦੇ ਵਿੱਚ ਲਿਖਿਆ ਡਿਸਰਨਿੰਗ ਦ ਲੋਰਡਸ ਬੋਡੀ, ਨੋਟ ਡਿਸਰਨਿੰਗ ਲੋਰਡਸ ਬੋਡੀ। ਕਿੱਦਾਂ?
ਜੋ ਪ੍ਰਭ ਯਿਸੂ ਮਸੀਹ ਦੀ ਸਰੀਰ ਨੂੰ ਸਰੀਰ ਦੀ ਪਰਖ ਨਹੀਂ ਕਰਦਾ, ਮਤਲਬ ਕਿ ਉਹ ਪ੍ਰਭੂ ਭੋਜ ਲੈਂਦੇ ਤੇ ਹਨ, ਪਰ ਉਹਨਾਂ ਨੂੰ ਪਰਖ ਨਹੀਂ ਹੈ ਕਿ ਇਹ ਜਿਹੜਾ ਸਰੀਰ ਹੈ ਇਹ ਸਾਡੇ ਲਈ ਤੋੜਿਆ ਗਿਆ ਜਾਂ ਨਹੀਂ ਸਾਡੇ ਲਈ, ਬਸ ਇੱਕ ਹੁਣ ਹੀ ਥੋੜ੍ਹਾ ਨਾ ਮਹੀਨੇ ਵੱਧ ਲੈਣਾ ਹੁੰਦਾ, ਵਿਸ਼ਵਾਸੀ ਲੈਂਦੇ ਚਲੋ ਜੀ ਲੈ, ਬਸ ਇਸ ਤਰ੍ਹਾਂ ਨਹੀਂ ਹੈ ਲਿਖਿਆ। ਇਸੇ ਕਰਕੇ ਤੁਹਾਡੇ ਵਿੱਚ ਬਾਲੇ ਬਿਮਾਰ ਹਨ, ਨਿਤਾਣੇ ਹਨ ਤੇ ਕਈ ਸੌ ਵੀ ਗਏ ਹਨ। ਪ੍ਰਭੂ ਯਿਸੂ ਮਸੀਹ ਦਾ ਸਰੀਰ ਸਾਡੀਆਂ ਜਿਹੜੀਆਂ ਨੇ ਉਹ ਬਿਮਾਰੀਆਂ ਦੇ ਕਰਕੇ, ਸਾਡੇ ਰੋਗਾਂ ਦੇ ਕਰਕੇ ਤੋੜਿਆ ਗਿਆ। ਜਦੋਂ ਅਸੀਂ ਇਸਨੂੰ ਲੈਣਾ ਤੇ ਉਸਨੂੰ ਮਹਿਸੂਸ, ਹਾਂ ਇਹ ਜਿਹੜਾ ਪ੍ਰਭੂ ਯਿਸੂ ਮਸੀਹ ਦਾ ਬਦਨ ਹੈ ਉਸਨੂੰ ਮਹਿਸੂਸ ਕਰਨਾ, ਮੇਰੀ ਚੰਗਿਆਈ ਦੇ ਲਈ, ਮੈਨੂੰ ਪੂਰਾ ਸੰਪੂਰਨ ਬਣਾਉਣ ਦੇ ਲਈ, ਮੈਨੂੰ ਚੰਗਾ ਕਰਨ ਦੇ ਲਈ, ਤੰਦਰੁਸਤ ਬਣਾਉਣ ਦੇ ਲਈ ਤੋੜਿਆ ਗਿਆ। ਜਦ ਅਸੀਂ ਉਸ ਪਰਖ ਨੂੰ ਕਰਕੇ ਆਪਣੇ ਅੰਦਰ ਲੈਣਾ ਤੇ ਯਿਸੂ ਦੇ ਕੱਪ ਨੂੰ ਲੈਣਾ, ਹਾਂ ਯਿਸੂ ਦਾ ਲਹੂ ਮੈਨੂੰ ਕੀ ਕਰਦਾ, ਸਾਰੇ ਪਾਪਾਂ ਤੋਂ ਸ਼ੁੱਧ ਕਰਦਾ। ਇਸ ਤਰੀਕੇ ਦੇ ਨਾਲ ਅਸੀਂ ਸ਼ਹਿਰਬਾਨੀ ਨੂੰ ਲੈਣਾ। ਮੈਂ ਗਰੰਟੀ ਦਿੰਦਾ ਜਦੋਂ ਅਸੀਂ ਇਸ ਤਰੀਕੇ ਦੇ ਨਾਲ ਇਸ ਚੀਜ਼ ਨੂੰ ਜਾਣਦੇ ਹੋਏ, ਸਮਝਦੇ ਹੋਏ, ਉਹਦੀ ਸਰੀਰ ਦੀ ਪਰਖ ਕਰਦੇ ਹੋਏ ਜਦੋਂ ਅਸੀਂ ਸ਼ਹਿਰਬਾਨੀ ਲਵਾਂਗੇ, ਤੰਦਰੁਸਤੀ ਦੇ ਵਿੱਚ ਚੱਲਾਂਗੇ ਤੇ ਬਿਮਾਰੀਆਂ ਕਦੇ ਵੀ ਸਾਡੇ ਨਾਲ, ਸਾਡੇ ਨੇੜੇ ਨਾ, ਸਾਡੇ ਪਰਿਵਾਰ ਦੇ ਨੇੜੇ ਜਾਂ ਸਾਡੇ ਘਰ ਦੇ ਨੇੜੇ ਵੀ ਨਹੀਂ ਆ ਸਕਣਗੀਆਂ। ਇਸ ਗੱਲ ਦਾ ਦੀ ਤੁਸੀਂ ਪਰਖ ਕਰਕੇ ਦੇਖਣਾ। ਔਰ ਵਚਨ ਦੇ ਵਿੱਚ ਲਿਖਿਆ ਉਸ ਤੋਂ ਬਾਅਦ ਕਿ ਪ੍ਰਭੂ ਯਿਸੂ ਮਸੀਹ ਨੂੰ ਲੈ ਜਾਇਆ ਗਿਆ, ਹਾਂਜੀ, ਸਰੀਰ ਦੇ ਵਿੱਚ ਕੋੜੇ ਤੇ ਸਹੇ, ਉਦੋਂ ਬਾਅਦ ਹੱਥ ਤੇ ਉਹਦੇ ਪੈਰ ਵੱਜ ਗਏ ਸੀ ਤੇ ਸਿਰ ਵੱਜ ਗਿਆ ਸੀ। ਉਹਦੇ ਵਿੱਚ ਵੀ ਕੀ ਹੋਇਆ, ਉਹਦੇ ਹੱਥਾਂ ਦੇ ਵਿੱਚ ਕਿੱਲ ਠੋਕੇ ਗਏ ਤੇ ਉਹਦੇ ਪੈਰਾਂ ਦੇ ਵਿੱਚ ਕੀ ਹੋਏ, ਕਿੱਲ ਠੋਕੇ ਗਏ ਤੇ ਸਿਰ ਵੱਜ ਗਿਆ, ਤੇ ਸਿਰ ਦੇ ਉੱਤੇ ਕੰਡਿਆਂ ਦਾ ਤਾਜ ਪਾਇਆ। ਮੈਂ ਸਮਝਦਾ ਲਿਖਿਆ ਉਹਦੇ ਸਰੀਰ ਦੇ ਵਿੱਚ ਕੋਈ ਵੀ ਅਜਿਹਾ ਅੰਗ ਨਹੀਂ ਸੀ ਜਿੱਥੋਂ ਲਹੂ ਨਹੀਂ ਸੀ ਵਗਦਾ। ਪ੍ਰਭੂ ਯਿਸੂ ਮਸੀਹ ਦੇ ਸਾਰੇ ਸਰੀਰ ਨੂੰ ਲਹੂ ਨਹਾਨ ਕਰ ਦਿੱਤਾ। ਤੇ ਅੱਜ ਮੈਂ ਤੇ ਤੁਸੀਂ ਅੱਜ ਫਿਰ ਉੱਦਾਂ ਹੀ ਬਿਮਾਰ ਰਹੀਏ, ਜੇ ਫਿਰ ਅਸੀਂ ਨਹੀਂ ਉਸਦੇ ਕੀਤੇ ਉਸ ਕੰਮ ਨੂੰ ਸਮਝੀਏ ਨਾ, ਤੇ ਮੈਂ ਕਹਿੰਦਾ ਉਹ ਪ੍ਰਭੂ ਯਿਸੂ ਮਸੀਹ ਦੇ ਲਈ ਇੰਨਾ ਦੁੱਖ ਸਹਿਣ ਦਾ ਕੋਈ ਵੀ ਫਾਇਦਾ ਨਹੀਂ। ਪ੍ਰਭੂ ਯਿਸੂ ਮਸੀਹ ਨੂੰ ਸਲੀਬ ਉੱਤੇ ਟੰਗਿਆ ਗਿਆ। ਹੋਰ ਬਹੁਤ ਗੱਲਾਂ ਨੇ, ਪ੍ਰਭੂ ਯਿਸੂ ਮਸੀਹ ਦੀ ਮੈਂ ਕਹਿੰਦਾ ਉੱਥੇ ਬੇਇੱਜ਼ਤੀ ਕੀਤੀ ਗਈ, ਉਹਦੇ ਮੂੰਹ ਤੇ ਥੁੱਕਿਆ ਗਿਆ, ਉਹਦੇ ਚਪੇੜਾਂ ਮਾਰੀਆਂ ਗਈਆਂ, ਉਹਦੀ ਦਾੜੀ ਨੋਚੀ ਗਈ। ਉਹ ਕੁੱਲ ਜਹਾਨ ਦਾ ਮਾਲਕ ਪ੍ਰਭੂ ਯਿਸੂ ਮਸੀਹ ਜੋ ਖੁਦ ਰੱਬ ਸੀ, ਖੁਦ ਪਰਮੇਸ਼ੁਰ ਸੀ, ਉਹਦੇ ਨਾਲ ਇੱਦਾਂ ਕੀਤਾ ਗਿਆ ਤਾਂ ਕਿ ਅੱਜ ਸਾਨੂੰ ਕੀ ਆ, ਇੱਜ਼ਤ ਮਿਲੇ। ਕੁਰੰਥੀਆਂ ਦੇ ਵਿੱਚ ਇੱਥੋਂ ਤੱਕ ਵੀ ਲਿਖਿਆ ਪ੍ਰਭੂ ਯਿਸੂ ਮਸੀਹ ਜੋ ਅਮੀਰ ਹੁੰਦਿਆਂ ਹੋਇਆ ਵੀ ਉਹਨੇ ਆਪਣੇ ਆਪ ਨੂੰ ਗਰੀਬ ਕੀਤਾ ਤਾਂ ਕਿ ਅਸੀਂ ਕੀ ਹੋਈਏ, ਅਮੀਰ ਹੋਈਏ। ਅਸੀਂ ਇਹ ਚੀਜ਼ਾਂ ਨੂੰ ਕਦੇ ਸਾਨੂੰ ਦੱਸਿਆ ਨਹੀਂ, ਅਸੀਂ ਸਮਝਦੇ ਨਹੀਂ ਆ, ਅਸੀਂ ਤਾਂ ਨਹੀਂ ਜੀ ਮਾੜੇ ਹੀ ਰਹਿਣਾ ਵਾ, ਅਸੀਂ ਤਾਂ ਗਰੀਬ ਹੀ ਬਣ ਕੇ ਰਹਿਣਾ ਲਿਖਿਆ। ਪਰ ਪ੍ਰਭੂ ਯਿਸੂ ਮਸੀਹ ਨੇ ਇਹ ਸਾਰੇ ਕੰਮਾਂ ਨੂੰ ਸਲੀਬ ਦੇ ਦੁਆਰਾ ਕੀਤਾ। ਪ੍ਰਭੂ ਯਿਸੂ ਮਸੀਹ ਖੁਦ ਗਰੀਬ ਬਣ ਗਿਆ ਔਰ ਤਾਂ ਕਿ ਅਸੀਂ ਕੀ ਹੋਈਏ, ਅਮੀਰ ਵੀ ਹੋਈਏ। ਵਚਨ ਦੇ ਵਿੱਚ ਲਿਖਿਆ ਹੈ ਗਲਾਤੀਆਂ ਦੀ ਪੱਤਰੀ ਉਹਦਾ 13:3 ਅਧਿਆਇ ਉਹਦੀ 13-14 ਐਤ ਦੇ ਵਿੱਚ, ਹਾਂਜੀ ਪੜ੍ਹ ਵਚਨ ਅਸੀਂ ਪੜ੍ਹ ਲਵਾਂਗੇ। ਕਿੱਦਾਂ ਲਿਖਿਆ, ਮਸੀਹ ਨੇ ਸਾਨੂੰ ਸ਼ਰ੍ਹਾਂ ਦੇ ਸ਼ਰਾਬ ਤੋਂ ਛਡਾਇਆ, ਕਿਉਂਕਿ ਸ਼ਰਾਬ ਤੋਂ ਛਡਾਇਆ ਖੁਦ ਸ਼ਰਾਬ ਬਣ ਕੇ, ਕਿਉਂਕਿ ਲਿਖਿਆ ਹੋਇਆ ਸੀ ਕਿ ਜਿਹੜਾ ਕੋਈ ਸਲੀਬ ਉੱਤੇ ਟੰਗਿਆ ਜਾਏ ਉਹ ਸ਼ਰਾਬੀ ਹੋਵੇ। ਤੇ 14 ਇਸ ਕਰਕੇ ਅਬਰਾਹਮ ਦੀ ਤਾਂ ਜੋ ਅਬਰਾਹਮ ਦੀਆਂ ਆਸ਼ੀਸ਼ਾਂ ਸਾਡੇ ਉੱਤੇ ਆਉਣ, ਹਾਂਜੀ, ਔਰ ਕਿਸ ਤਰ੍ਹਾਂ ਕਿ ਪਰਾਈਆਂ ਕੌਮਾਂ ਉੱਪਰ ਵੀ ਆਉਣ, ਤਾਂ ਕਿ ਅਸੀਂ ਉਸਦੇ ਵਾਅਦੇ ਨੂੰ ਆਤਮਾ ਤੋਂ ਵਿਸ਼ਵਾਸ ਦੇ ਦੁਆਰਾ ਕੀ ਕਰੀਏ, ਪ੍ਰਾਪਤ ਕਰੀਏ।
ਵਚਨ ਦੇ ਵਿੱਚ ਲਿਖਿਆ ਹੈ ਕਿ ਪ੍ਰਭ ਯਿਸੂ ਮਸੀਹ ਨੇ ਸ਼ਰ੍ਹਾਂ ਦੇ ਸ਼ਰਾਪਾਂ ਤੋਂ ਸਾਨੂੰ ਕੀ ਹੈ ਛੁਡਾ ਲਿਆ। ਹੁਣ ਇਹ ਨਹੀਂ ਹੈ ਕਿ ਅਸੀਂ ਨਹੀਂ, ਉਹ ਮੈਂ ਅਜੇ ਵੀ ਕਈ ਪਾਸਟਰ ਆਣ ਕੇ ਸੜੀਆਂ ਦਿੰਦੇ, ਕਈ ਕਿਤਾਬਾਂ ਨੇ ਸੱਤ ਪ੍ਰਕਾਰ ਦੇ ਸ਼ਰਾਪ, ਉਹ ਬੰਦਾ ਜਦੋਂ ਪੜ੍ਹਦਾ ਹੁੰਦਾ ਮੈਂ ਕਹਿੰਦਾ ਮੈਂ ਖੁਦ ਕਿਤਾਬ ਪੜ੍ਹੀ ਹੈ, ਸੱਤ ਜਦੋਂ ਪੜ੍ਹੇਂਗੇ ਸੱਤਾਂ ਦੇ ਸੱਤਾਂ ਜੀ ਤੁਹਾਨੂੰ ਕਸੂਰ ਦਿਖਣੇ ਨੇ ਕਿ ਸੱਤੇ ਹੀ ਮੇਰੇ ਤੇ ਨੇ ਖਰੇ। ਪਰ ਪ੍ਰਭੂ ਯਿਸੂ ਮਸੀਹ ਨੇ ਤੇ ਸ਼ਰ੍ਹਾਂ ਦੇ ਸਾਰੇ ਸ਼ਰਾਪਾਂ ਦਾ ਖਾਤਮਾ ਹੀ ਕਰ ਦਿੱਤਾ, ਸ਼ਰ੍ਹਾਂ ਦੇ ਸ਼ਰਾਪ ਤੋਂ ਸਾਨੂੰ ਛੁਡਾ ਲਿਆ। ਜੇ ਨਹੀਂ ਛੁਡਾਇਆ ਫਿਰ ਉਹਨੂੰ ਸਲੀਬ ਤੇ ਚੜ੍ਹਨਾ ਨਹੀਂ ਸੀ ਚਾਹੀਦਾ, ਕਿਉਂਕਿ ਵਚਨ ਦੇ ਵਿੱਚ ਲਿਖਿਆ ਹੈ ਕਿ ਕਿਉਂਕਿ ਵਿਵਸਥਾ ਸਾਰ ਉਹਦਾ 21 ਦੇ ਉਹਦੀ 22 ਤੇ 23 ਐਤ ਦੇ ਵਿੱਚ ਲਿਖਿਆ। ਵਚਨ ਨੋਟ ਕਰ ਲਈਏ, ਵਿਵਸਥਾ ਸਾਰ 21 ਬਾਬ ਉਹਦੀ 22 ਤੇ 23 ਐਤ ਦੇ ਵਿੱਚ ਇੱਥੇ ਕੀ ਹੋਇਆ, ਸ਼ਰ੍ਹਾਂ ਦੇ ਵਿੱਚ ਕਿਹਾ ਗਿਆ ਸੀ ਕਿ ਜੇ ਕੋਈ ਕੋਈ ਅਜਿਹਾ ਪਾਪ ਕਰੇ ਜੋ ਮੌਤ ਦੇ ਯੋਗ ਹੋਵੇ ਤੇ ਉਸ ਮਨੁੱਖ ਨੂੰ ਕੀ ਕੀਤਾ, ਸਲੀਬ ਉੱਤੇ ਟੰਗ ਦਿੱਤਾ ਜਾਵੇ। ਉਸ ਤੋਂ ਬਾਅਦ ਕੀ ਹੋਵੇ, ਉਹਦੀ ਜਿਹੜੀ ਲੋਥ ਹੈ ਉਹ ਜਿਹੜੀ ਹੈ ਸਾਰੀ ਰਾਤ ਨੂੰ ਜਾਂ ਉਸਨੂੰ ਰਾਤ ਨਹੀਂ ਟੰਗਿਆ ਰਹਿਣ ਦੇਣਾ, ਤਾਂ ਕਿ ਉਹ ਇੱਦਾਂ ਚ ਰਹਿਣ ਦੇਵੋਗੇ ਤੇ ਕੀ ਹੋਵੇਗਾ, ਸ਼ਰਾਬ ਜਿਹੜਾ ਵਾ ਉਹ ਸਾਡੇ ਤੁਹਾਡੀ ਜ਼ਮੀਨ ਉੱਤੇ, ਹਾਂਜੀ ਤੁਹਾਡੇ ਤੁਹਾਡੇ ਏਰੀਏ 'ਚ ਜਾਂ ਜ਼ਮੀਨ 'ਤੇ ਉਸ ਜਗ੍ਹਾ ਫੈਲ ਜਾਵੇਗਾ ਅਤੇ ਤੁਸੀਂ ਤੁਹਾਡੀ ਜ਼ਮੀਨ ਜਿਹੜੀ ਆ ਉਹ ਭ੍ਰਿਸ਼ਟ ਹੋ ਜਾਵੇਗੀ। ਇਸ ਕਰਕੇ ਤੁਸੀਂ ਕੀ ਕਰਨਾ ਹੈ, ਉਸ ਨਿਸ਼ਾਨ ਨੂੰ ਸਲੀਬ ਤੋਂ ਦਿਨ ਡੁੱਬਣ ਤੋਂ ਪਹਿਲੇ ਪਹਿਲੇ ਲਾ ਲੈਣਾ। ਪ੍ਰਭੂ ਯਿਸੂ ਮਸੀਹ ਦੇ ਬਾਰੇ ਦੇ ਵਿੱਚ ਲਿਖਿਆ ਹੈ ਕਿ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਉੱਤੇ ਟੰਗਿਆ ਗਿਆ। ਇਹਦੇ ਪਿੱਛੇ ਇੱਕ ਸ਼ਰ੍ਹਾਂ ਨੂੰ ਪੂਰਾ ਕਰਨਾ ਸੀ, ਕਿਉਂਕਿ ਪ੍ਰਭੂ ਯਿਸੂ ਮਸੀਹ ਲਿਖਿਆ, ਕਿਉਂਕਿ ਜਿਹੜਾ ਮਨੁੱਖ ਲਿਖਿਆ ਟੰਗਿਆ ਜਾਂਦਾ ਸੀ ਪ੍ਰਭੂ ਉਹ ਪਰਮੇਸ਼ਰ ਲਈ ਸ਼ਰਾਪੀ ਹੁੰਦਾ ਸੀ, ਕਿਉਂਕਿ ਉਹਨੇ ਕਿਉਂ, ਕਿਉਂਕਿ ਉਹਨੇ ਸ਼ਰਾਪ ਦੇ ਯੋਗ ਕੰਮ ਕੀ ਮਰਨ ਦੇ ਯੋਗ ਕੰਮ ਕੀਤਾ ਸੀ, ਤੇ ਹੁਣ ਜਦੋਂ ਉਹਨੂੰ ਟੰਗਿਆ ਗਿਆ ਤੇ ਉਹ ਪਰਮੇਸ਼ਰ ਲਈ ਸ਼ਰਾਪੀ ਹੁੰਦਾ ਸੀ। ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੂੰ ਜਦੋਂ ਸਲੀਬ ਉੱਤੇ ਟੰਗਿਆ ਗਿਆ ਉਸਨੇ ਤਾਂ ਕੋਈ ਵੀ ਪਾਪ ਨਹੀਂ ਕੀਤਾ ਸੀ, ਪਰ ਉਸਨੂੰ ਵੀ ਸਲੀਬ ਉੱਤੇ ਟੰਗਿਆ ਗਿਆ ਜਿਸ ਤਰ੍ਹਾਂ ਇੱਕ ਸ਼ਰਾਪੀ ਇਨਸਾਨ ਨੂੰ ਟੰਗਦੇ ਹਨ। ਇਸ ਕਰਕੇ ਪ੍ਰਭੂ ਯਿਸੂ ਮਸੀਹ ਨੇ ਸ਼ਰਾਪ ਨੂੰ ਜੜ ਤੋਂ ਖਤਮ ਕਰਕੇ ਸ਼ਰਾਪੀ ਨਹੀਂ ਸਿਰ ਬਣਿਆ, ਕਿਉਂਕਿ ਉਸਨੇ ਕੋਈ ਵੀ ਕੰਮ ਨਹੀਂ ਸੀ ਅਜਿਹਾ ਕੀਤਾ ਕਿ ਉਹ ਸਲੀਬ ਉੱਤੇ ਚੜੇ, ਪਰ ਉਹ ਸ਼ਰਾਪੀ ਹੀ ਖੁਦ ਹੀ ਸ਼ਰਾਪ ਬਣ ਗਿਆ। ਪੰਜਾਬੀ ਦੇ ਵਿੱਚ ਵੀ ਬੜੀ ਅੱਛੀ ਟਰਾਂਸਲੇਸ਼ਨ ਕੀਤੀ, ਉੱਥੇ ਵੀ ਸ਼ਰਾਪ ਲਿਖਿਆ, ਪ੍ਰਭੂ ਯਿਸੂ ਮਸੀਹ ਸ਼ਰਾਪ ਬਣ ਗਿਆ ਤਾਂ ਕਿ ਸਾਨੂੰ ਸ਼ਰ੍ਹਾਂ ਦੇ ਸ਼ਰਾਪਾਂ ਤੋਂ ਕੀ ਕਰੇ ਛੁਡਾਵੇ। ਮੈਂ ਕਹਿੰਦਾ ਸ਼ਰ੍ਹਾਂ ਦੇ ਸ਼ਰਾਪਾਂ ਤੋਂ, ਜਾਂ ਪਹਿਲਾਂ ਜਿਹੜਾ ਆਦਮ ਤੇ ਸਾਰੇ ਜੋ ਸਾਰੇ ਸ਼ਰਾਪਾਂ ਸਨ, ਸਾਰੇ ਸ਼ਰਾਪਾਂ ਨੂੰ ਪ੍ਰਭੂ ਯਿਸੂ ਮਸੀਹ ਨੇ ਸਲੀਬ ਉੱਤੇ ਚੜ੍ਹਨ ਦੇ ਦੁਆਰਾ ਕੀ ਕੀਤਾ, ਤੋੜ ਦਿੱਤਾ, ਤਾਂ ਕਿ ਅੱਜ ਅਸੀਂ ਅਬਰਾਹਮ ਦੀਆਂ ਆਸ਼ੀਸ਼ਾਂ ਦਾ ਆਨੰਦ ਮਾਣੀਏ, ਆਨੰਦ ਮਜ਼ਾ ਲਈਏ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਉਣ ਦਾ। ਕਿਉਂਕਿ ਲਿਖਿਆ ਹੈ ਪ੍ਰਭੂ ਯਿਸੂ ਮਸੀਹ ਨੂੰ ਜਦੋਂ ਟੰਗਿਆ ਗਿਆ ਸੀ, ਉਹ ਯਿਸੂ ਮਸੀਹ ਨੂੰ ਜਦੋਂ ਪਸਲੀ ਚਨੇਜਾ ਮਾਰੇਗਾ, ਪ੍ਰਭੂ ਯਿਸੂ ਮਸੀਹ ਮਰ ਗਿਆ ਸੀ, ਤੇ ਲਿਖਿਆ ਸ਼ਮੌਨ ਨਾਮ ਦਾ ਇੱਕ ਮਨੁੱਖ ਸੀ, ਉਸਨੇ ਆਇਆ, ਇਸਨੂੰ ਪੜ੍ਹਨਾ ਹੋਵੇ ਮੱਤੀ ਦੀ ਅੰਜੀਲ ਉਹਦਾ 27 ਦੇ ਉਹਦੀ 57 ਥੱਲੇ ਆਇਤਾਂ ਦੇ ਵਿੱਚ ਪੜ੍ਹ ਸਕਦੇ ਹਾਂ। ਇਸ ਮਨੁੱਖ ਨੇ ਲਿਖਿਆ ਸ਼ਾਮ ਦੇ ਵੇਲੇ ਸੂਰਜ ਡੁੱਬਣ ਤੋਂ ਪਹਿਲਾਂ, ਪੰਜਾਬੀ 'ਚ ਲਿਖਿਆ ਸ਼ਾਮਾਂ ਪਈਆਂ ਸਨ, ਸੂਰਜ ਨਹੀਂ ਸੀ ਡੁੱਬਿਆ, ਤੇ ਆਣ ਕੇ ਪਹਿਲਾਂ ਤੂੰ ਉਸਦੇ ਅੱਗੇ ਬੇਨਤੀ ਕਰਕੇ ਤੇ ਜਿਹੜੀ ਉਹਨੇ ਆਪਣੇ ਲਈ ਕਬਰ ਖੁਦਵਾਈ ਸੀ ਉਹਦੇ ਵਿੱਚ ਪ੍ਰਭੂ ਯਿਸੂ ਮਸੀਹ ਨੂੰ ਰੱਖਿਆ, ਕਿਉਂਕਿ ਉਹ ਨਹੀਂ ਸੀ ਚਾਹੁੰਦਾ ਉਹ ਯਿਸੂ ਮਸੀਹ ਦੀ ਸਲੋਥ ਨੂੰ ਰਾਤ ਨੂੰ ਸਲੀਬ ਉੱਤੇ ਟੰਗੀ ਰਹਿਣ ਦੇ
ਦੇ ਨਹੀਂ ਸਕਦੇ ਸਨ। ਇਸ ਕਰਕੇ ਲਿਖਿਆ ਪ੍ਰਭੂ ਯਿਸੂ ਮਸੀਹ ਦੇ ਸਲੀਬ ਉੱਪਰ ਚੜ੍ਹਨ ਦੇ ਦੁਆਰਾ ਸਾਡੇ ਸ਼ਰਾਪ ਟੁੱਟ ਗਏ ਨੇ। ਮੇਰੇ ਭੈਣੋ ਤੇ ਭਰਾਓ, ਕਦੇ ਧੋਖੇ ਦੇ ਵਿੱਚ ਨਾ ਰਹੀਏ, ਗਲਤ ਸਟੱਡੀਆਂ ਗਲਤ ਸਿੱਖਿਆ ਦੇ ਦੁਆਰਾ ਫਸ ਕੇ ਨਾ ਅਜੇ ਵੀ ਸਮਝਦੇ ਰਹੀਏ ਕਿ ਮਸੀਹ ਦੇ ਬਣ ਗਏ ਆ ਪਰ ਅਜੇ ਵੀ ਸ਼ਰਾਪਾਂ 'ਚ ਫਸੇ ਹਾਂ। ਭਾਵੇਂ ਪਾਸਟਰ ਜੀ ਸਾਡੇ ਘਰੋਂ ਤੇ ਸ਼ਰਾਪ ਨਹੀਂ ਜਾਂਦਾ, ਪਾਸਟਰ ਆਣ ਕੇ ਸ਼ਰਾਪ ਤੋੜ ਦਿੰਦੇ ਹੋ ਜਿਵੇਂ ਇਹੋ ਜਿਹੇ ਕੰਮ, ਇਸ ਗੱਲ ਨੂੰ ਜਾਣ ਲਈਏ ਕਿ ਪ੍ਰਭੂ ਯਿਸੂ ਮਸੀਹ ਨੇ ਕੀ ਆ ਸਾਡੇ ਸ਼ਰਾਪਾਂ ਨੂੰ ਤੋੜ ਦਿੱਤਾ। ਕਿਸ ਤਰ੍ਹਾਂ ਅਸੀਂ ਇਸ ਨੂੰ ਲੈਣਾ? ਹੁਣ ਕੀ ਸਾਨੂੰ ਮਿਲਿਆ? ਅਬਰਾਹਮ ਦੀਆਂ ਆਸ਼ੀਸ਼ਾਂ। ਮੈਂ ਜਦੋਂ ਵਿਸ਼ਵਾਸ ਤੇ ਪ੍ਰਚਾਰ ਕਰਾਂਗਾ ਦੱਸਾਂਗਾ ਡਿਟੇਲ ਦੇ ਵਿੱਚ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਅਬਰਾਹਮ ਅਮੀਰ ਸੀ। ਹਾਲੇਲੂਇਆ! ਉਹ ਇੱਕ ਬੜਾ ਗਰੀਬ ਜਿਹਾ ਬੰਦਾ ਨਹੀਂ ਸੀ, ਅਬਰਾਹਮ ਅਮੀਰ ਸੀ। ਉਹਦੇ ਕੋਲ ਨੌਕਰ ਚਾਕਰ ਸਾਰਾ ਕੁਛ ਸਨ, ਔਰ ਸਭ ਤੋਂ ਵੱਧ ਕੇ ਉਹ ਜਿਹੜੇ ਇਲਾਕੇ 'ਚ ਲਿਖਿਆ ਜਾਂਦਾ ਉਹਦੀ ਪਤਾ ਲੱਗਦਾ ਸੀ ਲੋਕਾਂ ਨੂੰ ਦੇਖ ਕੇ ਕਿ ਇਹ ਕੀ ਇੱਕ ਆਸ਼ੀਸ਼ ਪਾਇਆ ਹੋਇਆ ਬੰਦਾ ਪਰਮੇਸ਼ੁਰ ਇਹਦੇ ਨਾਲ ਆ। ਅਤੇ 3500 ਲੋਕਾਂ ਦਾ ਕਾਫਲਾ ਸੀ ਉਹਦੇ ਨਾਲ, ਇੰਨਾ ਅਮੀਰ ਸੀ। ਜੇ ਅਬਰਾਹਮ ਚਾਹੁੰਦਾ ਇੱਕ ਸ਼ਹਿਰ ਬਣਾ ਸਕਦਾ ਸੀ। ਅਬਰਾਹਮ ਦੇ ਕੋਲ ਖਾਣ ਪੀਣ ਨੂੰ ਵਾਧੂ ਸੀ। ਅਬਰਾਹਮ ਜਿਹੜਾ ਸੀ ਉਹਦੇ ਕੋਲੋਂ ਔਲਾਦ ਵੀ ਸੀ, ਇਸਹਾਕ ਪਰਮੇਸ਼ੁਰ ਦਾ ਵਾਅਦੇ ਦਾ ਬੱਚਾ ਸੀ। ਇਸ ਕਰਕੇ ਕਿਸੇ ਵੀ ਗੱਲ ਦੀ ਅਬਰਾਹਮ ਨੂੰ ਕਮੀ ਨਹੀਂ ਸੀ। ਉਹ ਗੱਲ ਵੱਖਰੀ, ਉਹ ਵਿਸ਼ਵਾਸ ਦੁਆਰਾ ਚੱਲਦਾ ਲਿਖਿਆ। ਉਹਨੇ ਘਰ ਵੀ ਨਹੀਂ ਬਣਾਇਆ, ਸ਼ਹਿਰ ਦੇ ਦੂਰ ਦੀ ਗੱਲ, ਚਾਹੁੰਦਾ ਸ਼ਹਿਰ ਬਣਾ ਸਕਦਾ ਜੀ। ਉਹਨੇ ਇੱਕ ਪੱਥਰਾਂ ਦਾ ਘਰ ਵੀ ਨਹੀਂ ਬਣਾਇਆ ਤੇ ਉਹ ਤੰਬੂਆਂ ਦੇ ਵਿੱਚ ਵਾਸ ਕਰਦਾ ਸੀ, ਕਿਉਂਕਿ ਉਹਨੂੰ ਆਸ ਸੀ ਕਿ ਮੇਰਾ ਘਰ ਉੱਪਰ ਕੀ ਆ, ਜਿਹਨੂੰ ਹੱਥਾਂ ਦੇ ਨਾਲ ਨਹੀਂ, ਉਹ ਮੇਰਾ ਹੱਥ ਨਹੀਂ ਬਣਾਇਆ ਜਾਂਦਾ, ਉਹ ਮੇਰਾ ਘਰ ਕੀ ਉੱਪਰ ਬਣਾਇਆ ਜਾ ਰਿਹਾ। ਇਸ ਕਰਕੇ ਵਚਨ ਦੇ ਵਿੱਚ ਲਿਖਿਆ ਹੈ ਕਿ ਤਾਂ ਸ਼ਰਾਪ ਤੋੜ ਦਿੱਤੇ ਕਿ ਅੱਜ ਅਸੀਂ ਅਬਰਾਹਮ ਦੀਆਂ ਆਸ਼ੀਸ਼ਾਂ ਨੂੰ ਪ੍ਰਾਪਤ ਕਰੀਏ। ਅਬਰਾਹਮ ਦੀਆਂ ਆਸ਼ੀਸ਼ਾਂ ਪੁਰਾਣੀਆਂ ਕੌਮਾਂ ਦੇ ਉੱਤੇ ਵੀ ਆਉਣ। ਵਿਸ਼ਵਾਸ ਕਰਨ ਦੇ ਦੁਆਰਾ ਅਸੀਂ ਅਬਰਾਹਮ ਦੇ ਪੁੱਤਰ ਬਣਦੇ ਹਾਂ ਤੇ ਯਿਸੂ ਮਸੀਹ ਨੇ ਸਾਰੇ ਸ਼ਰਾਪਾਂ ਨੂੰ ਤੋੜ ਦਿੱਤਾ ਤੇ ਉਹਨਾਂ ਨੂੰ ਅਬਰਾਹਮ ਦੀਆਂ ਆਸ਼ੀਸ਼ਾਂ ਮਿਲੀਆਂ ਨੇ। ਧੋਖੇ 'ਚ ਨਾ ਰਹੀਏ, ਅਬਰਾਹਮ ਦੀਆਂ ਆਸ਼ੀਸ਼ਾਂ ਦਾ ਆਨੰਦ ਮਾਣੀ, ਕਿਉਂਕਿ ਵਚਨ ਦੇ ਵਿੱਚ ਇਸ ਤਰ੍ਹਾਂ ਲਿਖਿਆ। ਕਿਸ ਤਰ੍ਹਾਂ ਅਸੀਂ ਉਸਨੂੰ ਮਿਲਦੇ ਹਾਂ? ਤਾਂ ਕਿ ਅਸੀਂ ਉਸਨੂੰ ਕਿਸ ਤਰ੍ਹਾਂ ਪ੍ਰਾਪਤ ਕਰੀਏ? ਆਤਮਾ ਤੋਂ ਵਿਸ਼ਵਾਸ ਦੇ ਰਾਹੀਂ। ਪਰਮੇਸ਼ੁਰ ਦੇ ਰਾਜ ਦੇ ਵਿੱਚ ਜਾਂ ਮਸੀਹ ਦੇ ਵਿੱਚ ਕੋਈ ਵੀ ਕੰਮ ਵਿਸ਼ਵਾਸ ਤੋਂ ਬਗੈਰ ਨਹੀਂ ਹੁੰਦਾ। ਵਿਸ਼ਵਾਸ ਦੇ ਬਿਨਾਂ ਉਹਨੇ ਮਨ ਨੂੰ ਪਾਉਣਾ ਨਾ ਹੋਣਾ ਹੈ। ਤੇ ਜੇ ਕੋਈ ਪ੍ਰਭੂ ਦੇ ਕੋਲ ਆਉਂਦਾ ਹੈ ਤਾਂ ਉਹਨੂੰ ਇਹ ਵਿਸ਼ਵਾਸ ਕਰਨਾ ਪਏਗਾ ਕਿ ਪਰਮੇਸ਼ੁਰ ਹੈਗਾ ਤੇ ਨਾਲੇ ਉਹਦੇ ਤਾਲਬਾਂ ਦਾ, ਜਿਹੜੇ ਉਹਨੂੰ ਖੋਜਦੇ ਨੇ, ਜਿਹੜੀ ਉਹਦੀ ਸੇਵਾ ਕਰਦੇ, ਜਿਹੜੇ ਉਹਦੀ ਭਗਤੀ ਕਰਦੇ, ਉਹਨਾਂ ਦਾ ਫਲਦਾਤਾ ਹੈ। ਇਸ ਕਰਕੇ ਆਤਮਾ ਤੋਂ, ਪਵਿੱਤਰ ਆਤਮਾ ਤੁਹਾਨੂੰ ਦੱਸੇਗਾ, ਹਾਂਜੀ ਪਵਿੱਤਰ ਆਤਮਾ, ਉਸ ਆਤਮਾ ਤੋਂ ਮੈਂ ਕਿਹਾ ਵਚਨ ਦੇ ਵਿੱਚ ਇੱਥੋਂ ਤੱਕ ਲਿਆ। ਆਤਮਾ ਸਾਨੂੰ ਇਹ ਦੱਸਦਾ ਕਿ ਕਿਹੜੀਆਂ ਕਿਹੜੀਆਂ ਗਿਫਟ ਜਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਫਰੀ ਮਿਲੀਆਂ, ਸਾਨੂੰ ਧਰਮੀ ਪਰਮੇਸ਼ੁਰ ਨੇ ਮੁਫਤ ਦੇ ਵਿੱਚ ਬਣਾਇਆ, ਖੁਦ ਪ੍ਰਭੂ ਯਿਸੂ ਮਸੀਹ ਨੇ ਦੇਖ ਕੇ। ਇਸੇ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਇਸੇ ਤਰ੍ਹਾਂ ਆਤਮਾ ਤੋਂ ਤੇ ਵਿਸ਼ਵਾਸ ਦੇ ਦੁਆਰਾ ਅਸੀਂ ਅਬਰਾਹਮ ਦੀਆਂ ਆਸ਼ੀਸ਼ਾਂ ਨੂੰ ਲੈ ਸਕਦੇ ਹਾਂ। ਜੇ ਅਸੀਂ ਨਹੀਂ ਆਤਮਾ ਲਾ ਰਹੇ, ਨਾ ਤੇ ਅਸੀਂ ਅਬਰਾਹਮ ਦੀਆਂ ਆਸ਼ੀਸ਼ਾਂ ਵਿੱਚ ਨਹੀਂ ਚੱਲ ਰਹੇ, ਉਹ ਸਾਡਾ ਕਸੂਰ ਹੈ ਕਿ ਸਾਨੂੰ ਨਾ ਤੇ ਅਸੀਂ ਆਤਮਾ ਇਸ ਗੱਲ ਨੂੰ ਸਮਝਿਆ, ਨਾ ਕਿਸੇ ਨੇ ਸਿਖਾਇਆ, ਉਸ ਤੋਂ ਬਾਅਦ ਨਾ ਅਸੀਂ ਆਤਮਾ ਤੋਂ ਇਸ ਗੱਲ ਨੂੰ ਲਿਆ ਤੇ ਨਾ ਹੀ ਵਿਸ਼ਵਾਸ ਕਰਦੇ ਹਾਂ। ਅੱਜ ਅਸੀਂ ਆਤਮਾ ਦੇ ਦੁਆਰਾ ਤੇ ਵਿਸ਼ਵਾਸ ਕਰਕੇ ਅਬਰਾਹਮ ਦੀਆਂ ਆਸ਼ੀਸ਼ਾਂ ਨੂੰ ਆਪਣੇ ਜੀਵਨ ਵਿੱਚ ਲੈ ਲਈਏ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਸ਼ਰਾਂ ਦੇ ਸਾਰੇ ਸ਼ਰਾਪਾਂ ਨੂੰ ਕੀ ਕੀਤਾ, ਤੋੜ ਦਿੱਤਾ ਹੈ। ਤੇ ਅਬਰਾਹਮ ਦੀਆਂ ਆਸ਼ੀਸ਼ਾਂ ਸਾਡੇ ਉੱਪਰ ਨੇ। ਪਰਮੇਸ਼ੁਰ ਦੇ ਨਾਮ ਨੂੰ ਮਹਿਮਾ ਮਿਲੇ, ਪਰਮੇਸ਼ੁਰ ਦੇ ਨਾਮ ਨੂੰ ਜਲਾਲ ਮਿਲੇ। ਅੱਗੇ ਅਸੀਂ ਦੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਉੱਤੇ ਟੰਗਿਆ ਔਰ
ਕਿਸ ਤਰ੍ਹਾਂ ਲਿਖਿਆ ਪ੍ਰਭੂ ਯਿਸੂ ਮਸੀਹ ਸਿਰਫ ਸ਼ਰਾਪ ਨਹੀਂ ਬਣਿਆ, ਲਿਖਿਆ ਉਹ ਪਾਪ ਵੀ ਬਣ ਗਿਆ। ਦੂਜਾ ਕਰੰਥੀਆਂ ਉਸ ਦਾ 5 ਅਧਿਆਇ ਉਹਦੀ 21 ਆਇਤ ਦੇ ਵਿੱਚੋਂ ਅਸੀਂ ਦੇਖਾਂਗੇ। ਇੱਥੇ ਲਿਖਿਆ ਪਰਮੇਸ਼ਵਰ ਨੇ, ਕਿਉਂਕਿ ਪੰਜਾਬੀ 'ਚ ਲਿਖਿਆ ਉਸ ਨੇ ਉਸ ਨੂੰ ਜਿਹੜਾ ਪਾਪ ਤੋਂ ਜਾਣੂ ਵੀ ਨਹੀਂ ਸੀ, ਹਾਂਜੀ ਉਹ ਸਮਝ ਨਹੀਂ, ਉਹ ਫਿਰ ਅਸੀਂ ਸਮਝ ਨਹੀਂ ਪਾਉਂਦੇ ਪਤਾ ਨਹੀਂ ਕਿਸ ਨੂੰ ਕਿਸ ਨੇ ਲਿਖਿਆ। ਪਰਮੇਸ਼ਵਰ ਨੇ ਪ੍ਰਭੂ ਯਿਸੂ ਮਸੀਹ ਨੂੰ ਪਾਪ ਠਹਿਰਾਇਆ, ਪਰਮੇਸ਼ਵਰ ਨੇ ਪ੍ਰਭੂ ਯਿਸੂ ਮਸੀਹ ਨੂੰ ਜੋ ਪਾਪ ਨੂੰ ਪਾਪ ਤੋਂ ਜਾਣੂ ਵੀ ਨਹੀਂ ਸੀ ਪਾਪ ਠਹਿਰਾਇਆ, ਤਾਂ ਕਿ ਉਹਦੇ ਵਿੱਚ ਹੋ ਕੇ ਅਸੀਂ ਪਰਮੇਸ਼ਵਰ ਦਾ ਧਰਮ ਠਹਿਰੀਏ ਜਾਂ ਪਰਮੇਸ਼ਵਰ ਦਾ ਧਰਮ ਬਣੀਏ। ਪ੍ਰਭੂ ਯਿਸੂ ਮਸੀਹ ਜਦੋਂ ਸਲੀਬ ਉੱਤੇ ਟੰਗਿਆ ਹੋਇਆ ਸੀ ਤੇ ਸਾਰੀ ਦੁਨੀਆ ਦੇ ਪਾਪ ਆਦਮ ਤੋਂ ਲੈ ਕੇ ਆਖਰ ਮੇਰੇ ਤੇ ਤੁਹਾਡੇ ਤੇ ਆਖਰੀ ਇਨਸਾਨ ਜਿਹੜਾ ਇਸ ਦੁਨੀਆ ਦੇ ਵਿੱਚ ਪੈਦਾ ਮੈਂ ਕਹਿੰਦਾ ਹੋਵੇਗਾ, ਉਹ ਸਾਰਿਆਂ ਦੇ ਪਾਪਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਉੱਤੇ ਕੀ ਸੀ ਲੱਦਿਆ ਹੋਇਆ ਸੀ। ਤੇ ਲਿਖਿਆ ਕਿ ਹੁਣ ਇੰਨੇ ਪਾਪ ਲੱਦੇ ਸੀ ਕਿ ਜਦੋਂ ਪਰਮੇਸ਼ਵਰ ਉਹਦੇ ਵੱਲ ਵੇਖ ਰਿਹਾ ਪਹਿਲਾਂ ਤੇ ਪ੍ਰਭੂ ਯਿਸੂ ਮਸੀਹ ਵੀ ਦੁਆ ਕਰਦਾ ਹੇ ਪਿਤਾ ਹਰ ਵਾਰੀ, ਪਹਿਲੀਆਂ 3 ਅੰਜੀਲਾਂ ਮੱਤੀ ਮਰਕਸ ਮਰਕੁਸ ਲੂਕਾ ਦੇ ਵਿੱਚ ਯਿਸੂ ਮਸੀਹ ਨੇ 65 ਵਾਰੀ ਇਹ ਕਰ ਪਿਤਾ ਕਰਕੇ ਪਰਮੇਸ਼ਵਰ ਨੂੰ ਪੁਕਾਰਿਆ। ਯਹੂਨਾ ਦੀ ਅੰਜੀਲ ਵਿੱਚ 100 ਤੋਂ ਵੱਧ ਕਰਕੇ ਪ੍ਰਭੂ ਯਿਸੂ ਮਸੀਹ ਨੇ ਕੀ ਕੀਤਾ, ਪਰਮੇਸ਼ਵਰ ਨੂੰ ਪਿਤਾ ਕਹਿ ਕੇ ਪੁਕਾਰਿਆ। ਤੇ ਇਹ ਸਮਾਂ ਆਉਂਦਾ ਇੱਕੋ ਵਾਰੀ ਜਦੋਂ ਪ੍ਰਭੂ ਯਿਸੂ ਮਸੀਹ ਸਲੀਬ ਉੱਤੇ ਟੰਗਿਆ ਗਿਆ, ਉਹਨੇ ਜਦੋਂ ਦੁਆ ਕੀਤੀ ਉਹਨੇ ਕਿ ਨਹੀਂ ਕਿਹਾ ਹੇ ਪਿਤਾ ਤੂੰ ਮੈਨੂੰ ਕਿਉਂ ਛੱਡ ਦਿੱਤਾ, ਉਸਨੇ ਇਸ ਤਰ੍ਹਾਂ ਨਹੀਂ ਕਿਹਾ। ਲੇਕਿਨ 22 ਜ਼ਬੂਰ ਦੇ ਵਿੱਚ ਜਿਹੜੀ ਦੁਆ ਦਾਊਦ ਨੇ ਕੀਤੀ ਸੀ ਉਸ ਦੁਆ ਨੂੰ ਕੀਤਾ, ਪੜ੍ਹ ਲਈਏ 22 ਜ਼ਬੂਰ ਉਸਦੀ 1 ਆਇਤ ਦੇ ਵਿੱਚ ਲਿਖਿਆ, ਉਸਨੇ ਕਿਹਾ ਹੇ ਪਰਮੇਸ਼ਵਰ ਹੇ ਮੇਰੇ ਪਰਮੇਸ਼ਵਰ ਮੇਰੇ ਪਰਮੇਸ਼ਵਰ ਤੂੰ ਮੈਨੂੰ ਕਿਉਂ ਛੱਡ ਦਿੱਤਾ। ਯਾਦ ਰੱਖੀਏ ਜਦੋਂ ਇਨਸਾਨ ਪਾਪੀ ਹੁੰਦਾ ਕਦੇ ਵੀ ਪਰਮੇਸ਼ਵਰ ਨੂੰ ਪਿਤਾ ਨਹੀਂ ਸਮਝਦਾ, ਉਹ ਗੱਲ ਵੱਖਰੀ, ਉਹ ਸਾਰਿਆਂ ਦਾ ਪਿਤਾ ਉਹ ਇੱਦਾਂ ਨਹੀਂ, ਪਰ ਉਹ ਰਿਸ਼ਤੇ ਨੂੰ ਨਹੀਂ ਸਮਝਦਾ, ਜਿਸ ਤਰ੍ਹਾਂ ਪਿਤਾ ਦੇ ਸਾਹਮਣੇ ਜਾਈਦਾ ਇੱਦਾਂ ਉਹ ਨਹੀਂ ਜਾ ਸਕਦਾ। ਇਸੇ ਕਰਕੇ ਪ੍ਰਭੂ ਯਿਸੂ ਮਸੀਹ ਦੇ ਜਦੋਂ ਪਾਪ ਲੱਦੇ ਹੋਏ ਸਨ, ਜਦੋਂ ਪ੍ਰਭੂ ਯਿਸੂ ਮਸੀਹ ਪਾਪਾਂ ਦੇ ਨਾਲ ਟੱਕਿਆ ਹੋਇਆ ਸੀ, ਤੇ ਉਸਨੇ ਕਿਹਾ ਮੇਰੇ ਪਰਮੇਸ਼ਵਰ ਹੇ ਮੇਰੇ ਪਰਮੇਸ਼ਵਰ ਤੂੰ ਮੈਨੂੰ ਕਿਉਂ ਛੱਡ ਦਿੱਤਾ। ਉਹ ਪਰਮੇਸ਼ਵਰ ਬਹੁਤ ਧਰਮੀ ਆ, ਬਹੁਤ ਪਵਿੱਤਰ ਆ, ਪਾਪ ਦੇ ਨਾਲ ਅਸੀਂ ਉਹਦੀ ਹਜ਼ੂਰੀ ਵਿੱਚ ਜਾ ਸਕਦੇ ਨਹੀਂ।